ਅਸਲਾਮ ਵਾਲੇਕਮ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫਕੀਰੀ ਰੰਗ ਚੈਨਲ ਇੱਕ ਕਰੀ ਫਿਰ ਹਾਜ਼ਰ ਆਪਦੀ ਖਿਦਮਤ ਦੇ ਵਿੱਚ ਅੱਜ ਦਾ ਇਹ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਗੱਲ ਸੰਝ ਕੀਤੀ ਜਾਵੇਗੀ ਕਿ ਜੋ ਅਸੀਂ ਚਿਰਾਗ ਕਰਦੇ ਹਾਂ ਸੇਵਾ ਕਰਦੇ ਹਾਂ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਕੀਤੇ ਹੋਏ ਚਿਰਾਗ ਸਾਡੇ ਕੀਤੀ ਹੋਈ ਸੇਵਾ ਸਾਡੇ ਮੁਰਸ਼ਿਦ ਦੁਆਰਾ ਜਾਂ ਸਾਡੇ ਪੀਰ ਦੁਆਰਾ ਮਨਜ਼ੂਰ ਕੀਤੀ ਜਾ ਰਹੀ ਹੈ ਜਾਂ ਨਹੀਂ ਇਹ ਬਹੁਤ سارے ਦੋਸਤਾਂ ਦਾ ਇਹ ਸਵਾਲ ਹੈ ਕਿ ਸਾਨੂੰ ਕਿਵੇਂ ਪਤਾ ਲੱਗਦਾ ਅੱਜ ਦਾ ਇਹ ਪੈਗਾਮ ਆਪ ਜੀ ਦੇ ਨਾਲ ਸਾਂਝਾ ਕੀਤਾ ਜਾਵੇਗਾ ਇਸ ਨੂੰ ਪੂਰਾ ਜਰੂਰ ਸੁਣਨਾ ਤਾਂ ਸਾਰੀ ਗੱਲ ਸਮਝ ਆ ਜਾਵੇਗੀ ਕਿ ਕੁਝ ਕਾਰਨ ਨੇ ਕੁਝ ਨਿਸ਼ਾਨੀਆਂ ਨੇ ਕਿ ਜਿਸ ਤੋਂ ਪਤਾ ਚੱਲਦਾ ਹੈ ਕਿ ਸਾਡਾ ਜਿਹੜਾ ਸੇਵਾ ਸਾਡਾ ਕੀਤਾ ਚਿਰਾਗ ਇਹ ਮਨਜ਼ੂਰ ਹੋ ਰਿਹਾ ਹੈ ਕਬੂਲ ਹੋ ਰਿਹਾ ਹੈ ਮਾਲਕ ਦੇ ਘਰ ਦੇ ਵਿੱਚ ਤੋ ਅੱਜ ਦਾ ਇਹ ਪੈਗਾਮ ਸ਼ੁਰੂ ਕਰਨ ਤੋਂ ਪਹਿਲਾਂ ਗੁਜਾਰਿਸ਼ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੋ ਆਓ ਅੱਜ ਦਾ ਪੈਗਾਮ ਸ਼ੁਰੂ ਕਰੀਏ ਜਦੋਂ ਅਸੀਂ ਆਪਣੇ ਮੁਰਸ਼ਿਦ ਦੇ ਲੜ ਲੱਗੇ ਆ ਆਪਣੇ ਪੀਰ ਦੇ ਲੜ ਲੱਗੇ ਹਾਂ ਤੇ ਉਹਨਾਂ ਦੇ ਨਾਮ ਦਾ ਚਿਰਾਗ ਰੋਸ਼ਨ ਕਰਦੇ ਹਾਂ ਸੇਵਾ ਕਰਦੇ ਹਾਂ ਤੇ ਸਾਡੇ ਦਿਲ ਦੇ ਵਿੱਚ ਇਹ ਭਾਵਨਾ ਰਹਿੰਦੀ ਹੈ ਕਿ ਸਾਡੀ ਕੀਤੀ ਸੇਵਾ ਸਾਡਾ ਕੀਤਾ ਹੈ ਚਿਰਾਗ ਸਾਡਾ ਮੁਰਸ਼ਿਦ ਸਾਡੇ ਪੀਰ ਮਨਜ਼ੂਰ ਕਰਨ ਸਾਡੇ ਤੇ ਨਜ਼ਰ ਕਰਮ ਦੀ ਕਰਦੇ ਨੇ ਹੁਣ ਕਾਰਨ ਕਿਹੜੇ ਨੇ ਜਿੰਨਾ ਤੋਂ ਪਤਾ ਲੱਗੇ ਕਿ ਚਿਰਾਗ ਮਨਜ਼ੂਰ ਹੋ ਰਿਹਾ ਦੇਖੋ ਜਿੱਦੋਂ ਅਸੀਂ ਚਿਰਾਗ ਕਰਨਾ ਸ਼ੁਰੂ ਕਰਦੇ ਹਾਂ ਮੰਨ ਲਿਏ ਕਿ ਅਸੀਂ ਸ਼ਾਮ ਦਾ ਸਮਾਂ ਰੱਖਿਆ ਚਿਰਾਗ ਕਰਨ ਦਾ ਜਦੋਂ ਸਾਡੇ ਮਨ ਦੇ ਵਿੱਚ ਖਿੱਚ ਹੋਵੇ ਕਿ ਸਮਾਂ ਲੱਗਿਆ ਆ ਰਿਹਾ ਹੈ ਅਸੀਂ ਚਿਰਾਗ ਕਰਨ ਜਾਣਾ ਹੈ ਜੇ ਕਰ ਚਰਾ ਕਰਨਾ ਹੈ ਜੇ ਕੋ ਬੰਦਗੀ ਦਾ ਸਮਾਂ ਰੱਖਿਆ ਹੈ ਉਸ ਸਮੇਂ ਤੇ ਅਸੀਂ ਬਹਿਣਾ ਹੀ ਬਹਿਣਾ ਹੈ ਜੋ ਮਰਜ਼ੀ ਹੋ ਜਵੇ ਸਾਡਾ ਸਾਰੇ ਕੰਮ ਸਾਨੂੰ ਭੁੱਲ ਜਾਂਦੇ ਨੇ ਸਾਡਾ ਉਹ ਸਮਾਂ ਸਾਨੂੰ ਯਾਦ ਰਹਿੰਦਾ ਹੈ ਤੇ ਫਿਰ ਇਹਨਾਂ ਕਾਰਨਾਂ ਤੋਂ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਸਾਡਾ ਪੀਰ ਜਿਹੜਾ ਹੈ ਉਹ ਸੇਵਾ ਕਬੂਲ ਕਰਕੇ ਲਾਗੇ ਆਉਣ ਦਾ ਮੌਕਾ ਦੇ ਰਿਹਾ ਹੈ ਤੇ ਇਹ ਹੁੰਦਾ ਕਿਵੇਂ ਹੈ ਜਦੋਂ ਆਪਾਂ ਕਿਸੇ ਇੱਕ ਦੇ ਹੋਈਏ ਇੱਕ ਪੀਰ ਤੋਂ ਤਨ ਮਨ ਮਾਰ ਦਈਏ ਤਨਾਤਾਂ ਦੀ ਫਿਰਨੀ ਨਾਲ ਇੱਕ ਦਾ ਹੋ ਕੇ ਜਦੋਂ ਬਹਿ ਜਾਂਦੇ ਆ ਤੇ ਫਿਰ ਉਸਤੇ ਉੱਤੇ ਜਦੋਂ ਅਸੀਂ ਆਪਣੀ ਦਰੂਦ ਭੇਜਦੇ ਆ ਆਪਣੀ ਸੇਵਾ ਕਰਦੇ ਆ ਚਰਾਗ ਰੋਸ਼ਨ ਕਰਦੇ ਆ ਤੇ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਮੇਰਾ ਹੈ ਤੇ ਉਹ ਪੀਰ ਆਪਣੇ murid ਤੇ ਇੱਕ ਕਰਮ ਦੀ ਨਜ਼ਰ ਜ਼ਰੂਰ ਕਰਦਾ ਹੈ ਜਦੋਂ ਸਾਡੇ ਮਨ ਨੂੰ ਸ਼ਾਂਤੀ ਮਿਲਣ ਲੱਗ ਪਵੇ ਸਾਡਾ ਬੰਦਗੀ ਦੇ ਵਿੱਚ ਮਨ ਲੱਗਣ ਲੱਗ ਪਵੇ ਤੇ ਉਹ ਸਮਝ ਲੈਂਦਾ ਕਿ ਸਾਡੀ ਸੇਵਾ ਕਬੂਲ ਹੋ ਰਹੀ ਹੈ ਜਾਂ ਤਾਂ ਇਹ ਕੋਈ ਕਾਮਲ ਮੁਰਸ਼ਿਦ ਦੇ ਲੜ ਲੱਗੇ ਹੋਮੋਂ ਉਹ ਸਾਨੂੰ ਦੱਸ ਸਕਦੇ ਨੇ ਜਾਂ ਫੇ ਕੋਈ ਐਸਾ ਫਕੀਰ ਹੋਵੇ ਜਿਹੜਾ ਆਪਣੀ ਨਜ਼ਰ ਦੇ ਨਾਲ ਦੇਖ ਕੇ ਸਾਨੂੰ ਦੱਸ ਦਵੇ ਕਿ ਸਾਡੇ ਮੁਰਸ਼ਿਦ ਨੇ ਸਾਡੇ ਪੀਰ ਨੇ ਸਾਡਾ ਇਹ ਸੇਵਾ ਸਾਡਾ ਚਿਰਾਗ ਮਨਜ਼ੂਰ ਕੀਤਾ ਹੈ ਤੇ ਜੇ ਨਹੀਂ ਤੇ ਫਿਰ ਕੁਝ ਦੁਨਿਆਵੀ ਗੱਲਾਂ ਤੋਂ ਸਾਨੂੰ ਪਤਾ ਲੱਗਦਾ ਹੈ ਜਿਵੇਂ ਕਿ ਮੰਨ ਲੀਏ ਕਿ ਸਾਡੇ ਘਰ ਦੇ ਵਿੱਚ ਲੜਾਈ ਝਗੜਾ ਜਿਆਦਾ ਰਹਿੰਦਾ ਅਸੀਂ ਪੀਰਾਂ ਨਾਲ ਲੱਗ ਗਏ ਅਸੀਂ ਸਰਕਾਰਾਂ ਨਾਲ ਲੜ ਲੱਗ ਗਏ ਅਸੀਂ ਉਹਨਾਂ ਦੇ ਨਾਮ ਦਾ ਚਿਰਾਗ ਰੋਸ਼ਨ ਕਰਨ ਲੱਗ ਪਏ ਉਹਨਾਂ ਦੀ ਦਰ ਦੀ ਸੇਵਾ ਕਰਨ ਲੱਗ ਪਏ ਕਿਸੇ ਗੁਰੂ ਪੀਰ ਫਕੀਰ ਦੇ ਲੱਗ ਗਏ ਉਹਨਾਂ ਦੀ ਸੇਵਾ ਕਰਦੇ ਆ ਤੇ ਉਹਨਾਂ ਦਾ ਪਾਠ ਕਰਨਾ ਸ਼ੁਰੂ ਕਰ ਲਿਆ ਤੇ ਸਾਡੇ ਘਰ ਦੇ ਵਿੱਚ ਸ਼ਾਂਤੀ ਆਉਣੇ ਲੱਗ ਪਈ ਤੇ ਇਹਦਾ ਮਤਲਬ ਸਾਡਾ ਉਹ ਕੀਤਾ ਹੋਇਆ ਪਾਠ ਕੀਤੀ ਹੋਈ ਸੇਵਾ ਮਨਜ਼ੂਰ ਹੋ ਰਹੀ ਹੈ ਤੇ ਸਾਡੇ ਘਰ ਦੇ ਵਿੱਚ ਸ਼ਾਂਤੀ ਹੋ ਰਹੀ ਸ਼ ਹੈ ਤੇ ਜੇ ਸਾਡੇ ਕਈ ਵਾਰ ਜਿੱਦਾਂ ਹੁੰਦਾ ਕਿ ਸਾਡੇ ਮਨ ਦੇ ਵਿੱਚ ਦੂਜਿਆਂ ਨੂੰ ਦੇਖ ਕੇ ਕਈ ਵਾਰੀ ਈਰਖਾ ਆਉਂਦੀ ਹੈ ਜਦੋਂ ਸਾਡਾ ਮਨ ਹਰ ਇੱਕ ਨੂੰ ਪਿਆਰ ਦੀ ਨਜ਼ਰ ਨਾਲ ਦੇਖਣ ਲੱਗ ਪਵੇ ਹਰ ਇੱਕ ਦੇ ਦਇਆ ਭਾਵਨਾ ਆਉਣ ਲੱਗ ਪਵੇ ਤੇ ਉਦੋਂ ਵੀ ਸਮਝ ਲੈਂਦਾ ਹੈ ਕਿ ਸਾਡਾ ਚਿਰਾਗ ਜਿਹੜਾ ਹੈ ਸਰਕਾਰ ਦੇ ਮਨਜ਼ੂਰ ਹੋ ਰਿਹਾ ਹੈ ਸਾਡਾ ਉਹਨਾਂ ਦੇ ਗੁਲਾਮਾਂ ਦੇ ਵਿੱਚ ਨਾ ਜਿਹੜਾ ਹੈ ਉਹ ਆ ਰਿਹਾ ਹੈ ਵਿਗੜੇ ਕੰਮ ਆਪਣੇ ਆਪ ਕਈ ਵਾਰੀ ਬਣਨ ਲੱਗ ਪੈਂਦੇ ਨੇ ਕਈ ਐਸੇ ਕੰਮ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਾਫੀ ਲੰਬੇ ਸਮੇਂ ਤੋਂ ਸੋਚਦੇ ਹਾਂ ਕਿ ਇਹ ਹੋਣਗੇ ਇਹ ਹੱਲ ਹੋਣਗੇ ਉਹ ਹੁੰਦੇ ਨਹੀਂ ਤੇ ਨਜ਼ਰ ਕਰਮ ਦੇ ਨਾਲ ਮਾਲਕ ਦੇ ਜਦੋਂ ਅਸੀਂ ਸੇਵਾ ਕਰਦੇ ਹਾਂ ਆਪਣੀ ਭਾਵਨਾ ਦੇ ਨਾਲ ਤੇ ਉਹ ਕੰਮ ਵੀ ਸਾਡੇ ਕਈ ਵਾਰੀ ਮਨਜ਼ੂਰ ਹੋ ਜਾਂਦੇ ਨੇ ਕਈ ਵਾਰ ਉਹ ਕੰਮ ਵੀ ਸਾਡੇ ਕਈ ਵਾਰੀ ਸਰਕਾਰ ਕਬੂਲ ਕਰ ਲੈਂਦੇ ਨੇ ਤੇ ਉਹਨਾਂ ਨੂੰ ਵੀ ਮਨਜ਼ੂਰੀ ਦੇ ਕੇ ਤੇ ਉਹਨਾਂ ਤੇ ਮੋਹ ਲੱਗ ਜਾਂਦੀ ਹੈ ਤੇ ਉਹ ਕੰਮ ਸਾਡੇ ਵਿਗੜੇ ਹੋਏ ਸਿੱਧੇ ਹੋ ਜਾਂਦੇ ਨੇ ਜਿੱਦੋਂ ਸਾਡੀ ਸਮਾਜ ਦੇ ਵਿੱਚ ਇੱਜ਼ਤ ਹੋਣ ਲੱਗ ਪਵੇ ਉਹ ਲੋਕ ਜਿਹੜੇ ਸਾਨੂੰ ਅੱਗੇ ਦੇਖ ਕੇ ਚੰਗਾ ਨਹੀਂ ਸਮਝਦੇ ਸੀ ਆ ਜੋ ਵੀ ਸਾਡੇ ਕੋਲ ਨੂੰ ਆ ਰਹੇ ਨੇ ਸਾਡੇ ਲਾਗੇ ਵੇਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਸਾਨੂੰ ਬੁਲਾ ਰਹੇ ਨੇ ਤੇ ਇਹਦਾ ਮਤਲਬ ਸਾਡੇ ਮੁਰਸ਼ਿਦ ਦਾ ਸਾਡੇ ਪੀਰ ਦਾ ਸਾਡੇ ਤੇ ਕਰਮ ਹੈ ਕਈ ਵਾਰੀ ਐਸੀ ਹਾਲ ਹੁੰਦੀ ਹੈ ਕਿ ਜਦੋਂ ਅਸੀਂ ਕਿਤੇ ਸੇਵਾ ਕਰਦੇ ਹਾਂ ਸਾਨੂੰ ਉੱਥੇ ਪੁੱਛੇ ਨਹੀਂ ਜਾਂਦਾ ਤੇ ਜਦੋਂ ਅਚਾਨਕ ਉੱਥੇ ਵੀ ਸਾਡੀ ਪੁੱਛ ਕਿਸੇ ਕੋਲ ਲੱਪੇ ਸਾਨੂੰ ਸਤਕਾਰ ਦੇ ਨਾਲ ਪਿਆਰ ਦੇ ਨਾਲ ਲੋਕ ਬੁਲਾਉਣ ਲੱਪੈਣ ਵੀ ਇਹ ਬਹੁਤ ਸੇਵਾ ਕਰਦਾ ਇਹ ਸਰਕਾਰਾਂ ਦੇ ਸੇਵਾ ਕਰਨ ਆਉਂਦਾ ਇਹਦੀ ਸੇਵਾ ਸਰਕਾਰ ਮਨਜ਼ੂਰ ਕਰ ਲੈਣ ਤੇ ਉਹਦਾ ਮਤਲਬ ਸਰਕਾਰ ਨੇ ਮਨਜ਼ੂਰ ਕਰ ਲੇ ਤਾਂ ਹੀ ਅਸੀਂ ਇਹਨਾਂ ਦੀ ਨਜ਼ਰ ਵਿੱਚ ਵੀ ਹਾਂ ਹੈ ਤੇ ਇੱਕ ਖਾਸਨ ਸਖਿਆਨੀ ਇਹ ਹੈ ਕਿ ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ ਉਸ ਵਕਤ ਸਾਨੂੰ ਜਦੋਂ ਚੰਗੇ ਚੰਗੇ ਖਾਬ ਆਉਣ ਲੱਗ ਪੈਂਨ ਖਾਬ ਦੇ ਵਿੱਚ ਅਸੀਂ ਕਦੀ ਕਿਸੇ ਪੀਰ ਦੀ ਦਰਗਾਹ ਤੇ ਹਾਂ ਖਾਬ ਦੇ ਵਿੱਚ ਕੋਈ ਫਕੀਰ ਕੋਈ ਪੀਰ ਸਾਡੇ ਨਾਲ ਗੱਲਾਂ ਕਰ ਰਿਹਾ ਹੈ ਖਾਬ ਦੇ ਵਿੱਚ ਅਸੀਂ ਕਿਤੇ ਜ਼ਿਆਰਤ ਕਰਨ ਜਾ ਰਹੇ ਹਾਂ ਖਾਬ ਦੇ ਵਿੱਚ ਅਸੀਂ ਪੀਰਾਂ ਫਕੀਰਾਂ ਦੇ ਨਾਲ ਗੱਲਾਂ ਕਰਦੇ ਹਾਂ ਜਾਂ ਉਹਨਾਂ ਦੇ ਸਰੂਪ ਦੇ ਦਿਦਾਰ ਕਰਦੇ ਹਾਂ ਜਾਂ ਉਹ ਉੱਥੇ ਕਿਤੇ ਸਾਫ ਸਪਾਈ ਕਰ ਰਹੇ ਹਾਂ ਜਾਂ ਅਸੀਂ ਪੀਰ ਆਪ ਕੀਰਾਂ ਬਾਰੇ ਗੱਲਾਂ ਸੁਣ ਰਹੇ ਹਾਂ ਸੋਚ ਰਹੇ ਹਾਂ ਕਰ ਰਹੇ ਹਾਂ ਤੇ ਜਾਂ ਉਹਨਾਂ ਦੀਆਂ ਕੋਈ ਤਸਵੀਰਾਂ ਕੁਝ ਉਹਨਾਂ ਦੇ ਵਸਤਰ ਜਾਂ ਕੋਈ ਹੋਰ ਚੀਜ਼ ਸਾਨੂੰ ਦਿਸੇ ਕੋਈ ਉਹਨਾਂ ਦਾ ਨਿਸ਼ਾਨ ਦਿਸੇ ਕੋਈ ਚਿਰਾਗ ਦਿਸੇ ਕੋਈ ਜਲ ਦਿਸੇ ਇਹ ਸਾਰੀਆਂ ਗੱਲਾਂ ਜਦੋਂ ਸਾਡੇ ਨਾਲ ਹੋਣ ਲੱਗ ਪਈਆਂ ਖਾਬ ਦੇ ਵਿੱਚ ਚੰਗੇ-ਚੰਗੇ ਸਾਨੂੰ ਖਾਬ ਹੋਣ ਲੱਗ ਪਏ ਇਹਦਾ ਮਤਲਬ ਜਿਹੜਾ ਸ਼ੈਤਾਨ ਹੈ ਉਹ ਸਾਡੇ ਕੋਲ ਦੂਰ ਭੱਜ ਗਿਆ ਤੇ ਪੀਰ ਦੀ ਨਜ਼ਰ ਅਸੀਂ ਮਨਜ਼ੂਰ ਹੋ ਗਈ ਹੈ ਇਸ ਲਈ ਸਾਨੂੰ ਇਹ ਜਿਹੜੇ ਖਾਬ ਨੇ ਚੰਗੇ-ਚੰਗੇ ਤੇ ਉਹ ਸਰਕਾਰ ਦੇ ਰਹੇ ਨੇ ਫਿਰ ਕਈ ਵਾਰ ਇਹ ਹੁੰਦਾ ਹੈ ਕਿ ਅਸੀਂ ਕਈ ਵਾਰੀ ਦੁਖੀ ਰਹਿੰਦੇ ਆ ਪਰੇਸ਼ਾਨ ਰਹਿੰਦੇ ਆ ਉਦਾਸ ਰਹਿੰਦੇ ਆ ਜਦੋਂ ਸਾਡੇ ਮਨ ਨੂੰ ਹੌਸਲਾ ਮਿਲਣ ਲੱਗ ਪਵੇ ਕਿ ਨਹੀਂ ਮੇਰਾ ਪੀਰ ਮੇਰੇ ਨਾਲ ਹੈ ਮੇਰੇ ਸਾਰੇ ਕੰਮ ਹੋ ਜਾਣੇ ਨੇ ਮੈਨੂੰ ਮੁਰਸ਼ਿਦ ਤੇ ਮੈਨੂੰ ਪੀਰ ਤੇ ਮੈਨੂੰ ਖੁਦਾ ਤੇ ਮੈਨੂੰ ਰੱਬ ਤੇ ਯਕੀਨ ਹੈ ਜਦੋਂ ਅਜਿਹੀਆਂ ਗੱਲਾਂ ਸਾਡੇ ਜਿਹਨ ਦੇ ਵਿੱਚ ਆਉਣ ਲੱਗ ਪੈਣ ਜਦੋਂ ਅਸੀਂ ਇੱਜ਼ਤ ਦੀ ਰੋਟੀ ਖਾਣ ਲੱਗ ਪਈਏ ਸਾਡੇ ਕੰਮ ਦੇ ਵਿੱਚ ਬਰਕਤ ਪੈਣ ਲੱਗ ਪਈ ਮੰਨ ਲਓ ਅਸੀਂ ਦਿਹਾੜੀ ਹੀ ਕਰਦੇ ਹਾਂ ਤੇ ਸਾਡੀ ਦਿਹਾੜੀ ਰੋਜ਼ ਲੱਗਣ ਲੱਗ ਪਈ ਸਾਨੂੰ ਰੋਜ਼ ਪੈਸੇ ਆਉਣ ਲੱਗ ਪਏ ਇਹਦਾ ਮਤਲਬ ਸਾਡੇ ਮੁਰਸ਼ਿਦ ਦੇ ਸਾਡੇ ਪੀਰ ਦੇ ਕਰਕੇ ਸਾਡਾ ਇਹ ਕੰਮ ਜਿਹੜਾ ਇਹ ਸਿੱਧਾ ਜਾ ਰਿਹਾ ਫਿਰ ਉਸ ਵਕਤ ਕੀ ਕਰਨਾ ਹੁੰਦਾ ਜਦੋਂ ਇਹ ਸਾਰੀਆਂ ਨਿਸ਼ਾਨੀਆਂ ਪਤਾ ਲੱਗ ਪਣ ਇਹਨਾਂ ਦੇ ਵਿੱਚੋਂ ਕੁਝ ਵੀ ਸਾਨੂੰ ਪਤਾ ਲੱਗੇ ਤੇ ਸਮਝ ਲੈਣਾ ਕਿ ਮਨਜ਼ੂਰੀ ਹੈ ਉਸ ਵਕਤ ਕੀ ਕਰਨਾ ਕਿ ਉਸ ਵਕਤ ਆਪਣੇ ਮੁਰਸ਼ਿਦ ਦੇ ਆਪਣੇ ਪੀਰ ਦੇ ਦਰਬਾਰ ਤੇ ਜਿੱਥੇ ਤੁਸੀਂ ਸੇਵਾ ਕਰਨ ਜਾਂਦੇ ਹੋ ਜਾ ਕੇ ਉਹਨਾਂ ਦਾ ਸ਼ੁਕਰ ਅਦਾ ਕਰਨਾ ਉਹਨਾਂ ਦਾ ਸ਼ੁਕਰ ਕਰਨਾ ਕਿ ਮਾਲਕਾ ਆਪਣਾ ਮੇਰ ਭਰਿਆ ਹੱਥ ਇਸੇ ਤਰ੍ਹਾਂ ਰੱਖੀ ਤੇ ਉਹਨਾਂ ਦਾ ਲੱਖ ਲੱਖ ਸ਼ੁਕਰ ਸ਼ੁਕਰਾਨਾ ਕਰਨਾ ਤੇ ਉਹ ਜਦੋਂ ਮਾਲਕ ਦਾ ਸ਼ੁਕਰਾਨਾ ਕਰਦੇ ਆ ਤਾਂ ਫਿਰ ਉਹ ਇਦਾਂ ਦੇ ਮੌਕੇ ਸਾਨੂੰ ਹੋਰ ਦਿੰਦਾ ਸ਼ੁਕਰ ਕਰਨ ਦੇ ਤੋਂ ਅੱਜ ਦਾ ਇਹ ਪੈਗਾਮ ਆਪ ਜੀ ਨਾਲ ਸਾਂਝਾ ਕੀਤਾ ਆਸ ਕਰਦਾ ਕਿ ਆਪ ਜੀ ਨੂੰ ਕੁਝ ਨਾ ਕੁਝ ਸਿੱਖਣ ਮਿਲਿਆ ਹੋਵੇਗਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਇੱਕ ਹੋਰ ਗੱਲ ਜਿਹੜੀ ਆਪਾਂ ਕਹਿ ਸੀ ਕਿ ਅਸੀਂ ਗੈਰਮ ਸ਼੍ਰੀਮ ਤੇ ਬੂਟੇ ਲਾਉਣੇ ਨੇ ਗੈਰਮ ਸ਼੍ਰੀਮ ਦੇ ਦਿਨ ਚੱਲ ਰਹੇ ਨੇ ਬੰਦਗੀ ਇਬਾਦਤ ਵਾਲੇ ਇਸ਼ਕ ਵਾਲੇ ਦਿਨ ਚੱਲ ਰਹੇ ਨੇ ਤਿਸ ਤੁਰਦੇ ਫਿਰਦੇ ਉਰਦੇ ਬਹਿੰਦੇ ਜਦੋਂ ਟਾਈਮ ਮਿਲਦਾ 2 4 5 10 ਮਿੰਟ ਮਿਲਦੇ ਆਪਣੇ ਮੁਰਸ਼ਿਦ ਦਾ ਕਲਮਾ ਪੀਰ ਦਾ ਕਲਮਾ ਆਪਣੇ ਮੁਰਸ਼ਿਦ ਦਾ ਗੱਲਣਾ ਜਾਗ ਬੰਦਗੀ ਇਬਾਦਤ ਇਹ ਕੀ ਕਰਦੇ ਰਹੋ ਤੇ ਸਰਕਾਰਾਂ ਦੇ ਨਾਮ ਦਾ ਇੱਕ ਇੱਕ ਬੁਲਟਾ ਜਰੂਰ ਲਾ ਦਿਓ ਤੇ ਆਪਣੇ ਕਰਦੇ ਵਾਲੇ ਦਵਾਲੇ ਜਿੱਥੇ ਵੀ ਕਿਸੇ ਦਰਗਾਹ ਦੇ ਉੱਪਰ ਕਿਤੇ ਵੀ ਤੁਹਾਨੂੰ ਸਾਹਸ ਥਾਂ ਮਿਲਦੀ ਹੈ ਤੁਸੀਂ ਕਿਤੇ ਥਾਂ ਤੇ ਲਗਾ ਦਿਓ ਕਿ ਉਹ ਦੇਖ ਦੇਖ ਹੋ ਸਕੇ ਤੇ ਉਹ ਨਜ਼ਰ ਕਰਮ ਮਾਲਕ ਆਪੇ ਕਰਨਗੇ ਕਿਉਂਕਿ ਅਸੀਂ ਸਰਕਾਰਾਂ ਨੂੰ ਮੰਨਣ ਵਾਲੇ ਲੋਕ ਹਾਂ ਤੇ ਇੱਕ ਗੱਲ ਦਾ ਖਿਆਲ ਰੱਖਣਾ ਕਿ ਕਦੀ ਵੀ ਕਿਸੇ ਦੇ ਬਾਰੇ ਮਾੜਾ ਨਹੀਂ ਕਹਿਣਾ ਅਸੀਂ ਕਈ ਵਾਰੀ ਮੈਂ ਬਹੁਤ ਸੁਣਿਆ ਕਿ ਜਿਸ ਨੂੰ ਅਸੀਂ ਮੰਨਦੇ ਹਾਂ ਅਸੀਂ ਕਹਿੰਦੇ ਕਿ ਇਹ ਬਹੁਤ ਚੰਗਾ ਹੈ ਤੇ ਜਿਹੜਾ ਦੂਜਾ ਹੈ ਉਹ ਮਾੜਾ ਹੈ ਚੰਗਾ ਜਿਹੜਾ ਆਪਣੇ ਵਾਲਾ ਤੇ ਦੂਜੇ ਵਾਲਾ ਮਾੜਾ ਇਹ ਕਦੀ ਨਹੀਂ ਸਾਰੇ ਚੰਗੇ ਨੇ ਬੰਦਾ ਮਾੜਾ ਹੋ ਸਕਦਾ ਭਗਵਾਨ ਕਦੀ ਮਾੜਾ ਹੋ ਨਹੀਂ ਹੋ ਸਕਦਾ ਸਾਡੀਆਂ ਜਿਹੜੀਆਂ ਗੱਲਾਂ ਨੇ ਸਾਡੇ ਬੋਲ ਸਾਡੇ ਕੰਮ ਇਹ ਮਾੜੇ ਹੋ ਸਕਦੇ ਨੇ ਰੱਬ ਜੋ ਕਰਦਾ ਉਹ ਕਦੀ ਮਾੜਾ ਨਹੀਂ ਕਰਦਾ ਤੂਫਾਨ ਲਈ ਕੋਈ ਜੇ ਕਰਦਾ ਉਹ ਲਈ ਸਾਰੇ ਬਰਾਬਰ ਨੇ ਤੋ ਆਸ ਕਰਦਾ ਕਿ ਆਪ ਜੀ ਨੂੰ ਕੁਝ ਨਾ ਕੋ ਸਿੱਖਣ ਜ਼ਰੂਰ ਮਿਲੇ ਹੋਵੇਗਾ ਤੋ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ